ਰਾਸ਼ਟਰਪਤੀ ਬਣਨ ਵਾਲਾ ਇੱਕ ਆਗੂ ਦੱਸ ਰਿਹਾ ਸੀ ਜਦੋਂ ਛੋਟਾ ਸਾ ਤੱਕਿਆ ਗਿਆ ਚੁੱਪ ਕਰਕੇ ਬੈਠੋ ਸਿੱਧੇ ਹੋ ਕੇ ਬੈਠੋ ਇੱਕ ਪਾਸੇ ਹੋ ਕੇ ਬੈਠੋ ਲੱਤਾਂ ਜੋੜ ਕੇ ਚੌਂਕੜੀ ਮਾਰ ਕੇ ਬੈਠੋ ਵੱਡਿਆਂ ਦੇ ਅੱਗੇ ਨਹੀਂ ਪਿੱਛੇ ਹੋ ਕੇ ਬੈਠੋ ਆਰਾਮ ਨਾਲ ਬੈਠੋ ਕੁੱਬੇ ਹੋ ਕੇ ਨਹੀਂ ਸਿੱਧੇ ਹੋ ਕੇ ਬੈਠੋ ਜਿੱਥੇ ਇਸਤਰੀਆਂ ਬੈਠੀਆਂ ਹੋਣ ਉਹਨਾਂ ਤੋਂ ਪਰਾਂ ਹੋ ਕੇ ਬੈਠੋ ਨਜ਼ਰ ਥੱਲੇ ਕਰਕੇ ਬੈਠੋ ਜਿੱਥੇ ਪੁਰਸ਼ ਬੈਠੇ ਹੋਣ ਉਥੇ ਛਾਤੀ ਚੌੜੀ ਕਰਕੇ ਬਾਹਾਂ ਸਿੱਧੀਆਂ ਕਰਕੇ ਬੈਠੋ ਮੁੰਡੇ ਹੋ ਮੁੰਡਿਆਂ ਨਾਲ ਹੀ ਬੈਠੋ ਜਿੱਥੇ ਹੋਰ ਲੋਕ ਬੈਠੇ ਹੋਣ ਉਥੇ ਬੈਠੋ ਜਿਵੇਂ ਜਿਵੇਂ ਦੱਸਿਆ ਗਿਆ ਮੈਂ ਉਵੇਂ ਉਵੇਂ ਬੈਠਦਾ ਗਿਆ ਅਤੇ ਬੈਠਣ ਦੀ ਹੁਨਰ ਕਾਰਨ ਮੈਂ ਰਾਸ਼ਟਰਪਤੀ ਬਣ ਗਿਆ ਹੁਣ ਜਦੋਂ ਤੱਕ ਮੈਂ ਨਾ ਬੈਠਾਂ ਕੋਈ ਬੈਠਦਾ ਹੀ ਨਹੀਂ ਧੰਨਵਾਦ